ਤਾਂ ਕੀ ਹਾਲ ਚਾਲ ਹੈ ਮੈਂ ਤੁਹਾਡਾ ਭਰਾ ਜੀਤ ਮੋਡੀਫਾਈਡ ਕਲੱਬ ਤੋਂ ਤੇ ਮੇਰੇ ਨਾਲ ਨੇ ਦਿਲਜੀਤ ਕੁਨਰ ਭਾਈ ਹੋਰ ਭਾਈ ਕੀ ਹਾਲ ਚਾਲ ਤੇ ਵੱਡੇ ਭਾਈ ਆਪਣਾ ਨਾਮ ਪੂਰਾ ਕੀ ਹੈ ਹਾਂ ਸਨੀ ਕੁਨਰ ਭਾਈ ਸਨੀ ਕੁਨਰ ਤੇ ਦੋਨੋਂ ਭਰਾ ਨਾਲ ਖੜੇ ਆ ਤੇ ਬੈਕਗ੍ਰਾਉਂਡ ਤੇ ਖੜਾ ਹੈ ਦਿਲਜੀਤ ਕੁਨਰ ਦਾ ਬਲੈਕ ਅਰਜਨ ਟਰੈਕਟਰ ਜਿਹਦੇ ਵਿੱਚ ਯਾਰ ਅੱਜ ਕੱਲ੍ਹ ਡਿਮਾਂਡ ਬਹੁਤ ਜ਼ਿਆਦਾ ਵਧੀ ਪਈ ਹੈ ਕਿ ਪਹਿਲੇ 8 ਸੀ ਫਿਰ ਸਿੱਧਾ ਹੀ 20 ਹੈ ਨਾ ਭਾਈ ਸਿੱਧਾ ਹੀ 20 ਵਾਲ ਭਾਈ ਨੇ ਇੱਕ ਚੇਂਜ ਕੀਤਾ ਮੈਂ ਕਿਹਾ ਗੱਲ ਕਰਾਂਗਾ ਨਾ ਯਾਰ ਤੇ ਪੰਜਾਬ ਨਹੀਂ ਦਿੱਲੀ ਵੀ ਨਹੀਂ ਆਲ ਆਫ ਇੰਡੀਆ ਵੀ ਨਹੀਂ ਆਲ ਆਫ ਵਰਲਡ ਦੀ ਗੱਲ ਕਰਾਂਗੇ ਤੇ ਭਾਈ ਪਹਿਲਾਂ ਹੀ ਟੱਕਰ ਹੋਏਗਾ ਜਦੋਂ ਉੱਤੇ ਵੀਟ 20 ਵੂਫਰ ਲੱਗੇ ਹਾਂਜੀ ਭਾਜੀ ਹਜੇ ਤੱਕ ਹੈ ਨਹੀਂ ਕਿਸੇ ਦਾ ਵੀ ਨਹੀਂ ਤੇ ਐਚ ਜੀ ਯਾਰ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਜਿਹੜੇ ਵੂਫਰ ਫਿੱਟ ਹੋਏ ਨੇ ਸਾਰੇ ਬ੍ਰਾਂਡ ਇੱਕੋ ਬ੍ਰਾਂਡ ਦਾ ਕਿੱਕਰ ਦਾ ਹਨਾ ਤੇ ਇਹਦੇ ਵਿੱਚ 12 ਇੰਚੀ ਵੂਫਰ ਆਪਾਂ ਗੱਲ ਕਰੀਏ ਤੇ 18 ਵੂਫਰ 12 ਹਨਾ 2 15 ਇੰਚੀ ਹੈ ਤੇ ਇਹ ਟਰੈਕਟਰ ਰੈਨ ਵਾਲਾ ਹੈ ਤੇ ਟਰੈਕਟਰ ਦੇ ਉੱਤੇ ਟੋਟਲ ਆਪਾਂ ਡਿਟੇਲ ਤੁਹਾਨੂੰ ਦੱਸ ਦਿਆਂ ਚੱਲਦੇ ਹਾਂ ਉਸ ਤੋਂ ਪਹਿਲਾਂ ਪਲੀਜ਼ ਚੈਨਲ ਕਰੋ ਸਬਸਕ੍ਰਾਈਬ ਤੇ ਇੰਸਟਾਗ੍ਰam ਆਈਡੀ ਨੂੰ ਜਾ ਕੇ ਸਾਡੀ ਕਰ ਲਿਓ ਫੋਲੋ ਮੋਡੀਫਾਈਡ ਅੰਡਰਸਕੋਰ ਕਲੱਬ 2020 ਨੂੰ ਕਿਉਂਕਿ ਜਿਹੜਾ ਪੰਜਾਬੀ ਵਰਜ਼ਨ ਸੁਣਨ ਨੂੰ ਮਿਲਣ ਵਾਲਾ ਤੁਹਾਨੂੰ ਸਾਡੇ ਇੰਸਟਾਗ੍ਰam ਆਈਡੀ ਤੇ ਮਿਲੇਗਾ ਬਾਕੀ ਆਪਾਂ ਚੱਲਦੇ ਹਾਂ ਟਰੈਕਟਰ ਵੱਲ ਨੂੰ ਸਾਰੀ ਡਿਟੇਲ ਤੁਹਾਨੂੰ ਦਿੰਦੇ ਹਾਂ ਫਰੰਟ ਸਾਈਡ ਤੋਂ ਕੀ ਟਰੈਕਟਰ ਦੇ ਵਿੱਚ ਕੰਮ ਹੋਏ ਸੀ ਸਾਰਾ ਕੁਝ ਏ ਟੂ ਜ਼ੈਡ ਤੇ ਬਾਕੀ ਮਿਊਜ਼ਿਕ ਸਿਸਟਮ ਏ ਟੂ ਜ਼ੈਡ ਤੁਹਾਨੂੰ ਦਿਖਾਉਂਦੇ ਹਾਂ ਚੱਲਦੇ ਹਾਂ ਗੱਲ ਆਪਾਂ ਚਾਲੂ ਕਰਾਂਗੇ ਸਭ ਤੋਂ ਪਹਿਲਾਂ ਇਸ ਵਾਰ ਸਿਸਟਮ ਤੋਂ ਹੀ ਤੇ ਸਿਸਟਮ ਤੋਂ ਚਾਲੂ ਕਰਦੇ ਆ ਤੇ ਦਿਲਜੀਤ ਵੀਰੇ ਆਪਾਂ ਟੋਟਲ ਪਲਾਨ ਕੀਤਾ ਹੈਨਾ ਕੀ 20 ਵੂਫਰ ਦਾ ਹਾਂਜੀ ਤੇ 20 ਵੂਫਰ ਦੇ ਟਾਈਮ ਨੂੰ ਜਿੱਦਾਂ ਕਿ ਮੈਂ ਵੇਖ ਰਿਹਾ ਬੜੀ ਪੇਟੀ ਬਿਲਕੁਲ ਐਕੂਰੇਟ ਬਣਵਾਈਆਂ ਆਪਾਂ ਸਾਰੀਆਂ ਤੈਨੂੰ ਕਿੰਨਾ ਟਾਈਮ ਕੋ ਲੱਗ ਗਿਆ ਇੱਕ ਰਾਤ ਵੇ ਲੱਗਾ ਇੱਕ ਰਾਤ ਚ ਸਾਰਾ ਕੰਮ ਕੀਤਾ ਤੇ ਇੱਕ ਚੀਜ਼ ਤੁਹਾਨੂੰ ਸਾਰਿਆਂ ਨੂੰ ਦੱਸਾਂ ਇਹ ਟਰੈਕਟਰ ਦਾ ਕ੍ਰੇਜ਼ ਇੱਥੇ ਨਹੀਂ ਅਨੰਦਪੁਰ ਸਾਹਿਬ ਚ ਵੀ ਬਹੁਤ ਚੜਿਆ ਹੈਨਾ ਹਾਂਜੀ ਹਾਂਜੀ ਸਾਰੇ ਲੋਕੀ ਖੜਖੜ ਵੇਖਦੇ ਸੀਗੇ ਤੇ ਆਓ ਤੁਹਾਨੂੰ ਸਾਰਾ ਕੁਝ ਦੱਸਦੇ ਆ ਤੇ ਇਹਦੇ ਵੀ ਤੁਸੀਂ ਵੇਖ ਸਕਦੇ ਹੋ ਕਿੱਕਰ ਦਾ ਕੰਪੈਕਟ ਸੀਰੀਜ਼ ਦੇ ਸਾਰੇ ਭਾਈ ਨੇ ਬੂਫਰ ਲਗਵਾਏ ਨੇ ਜਿਹੜੇ 12 ਇੰਚਸ ਹੈ ਬੂਫਰ ਨੇ ਉਹ ਨੇ 18 ਮੈਂ ਪਹਿਲੇ ਵੀ ਦੱਸਿਆ ਜਿੱਦਾਂ ਤੁਸੀਂ ਵੇਖ ਸਕਦੇ ਹੋ 4 ਇਸ ਪਾਸੇ ਨੂੰ 2 ਐਰੇ ਤੇ 4 ਇੱਧਰ ਤੇ ਫਰੰਟ ਸਾਈਡ ਤੇ 8 ਬੂਫਰ ਨੇ ਉਹ ਵੀ ਤੁਹਾਨੂੰ ਦਿਖਾਉਂਦਾ ਤੇ 2 ਤੁਸੀਂ ਦੇਖ ਸਕਦੇ ਹੋ ਕੰਪੈਕਟ ਸੀ ਸੀਰੀਜ਼ ਹੈ ਤੋ ਤੁਸੀਂ ਵੇਖ ਸਕਦੇ ਕਿੱਕਰ ਦੇ 15 ਇੰਚਸ ਜਿਹੜੇ 2 ਬੂਫਰ ਆ ਗਏ ਤੇ ਫਰੰਟ ਸਾਈਡ ਵਾਲੇ ਪਾਸੇ ਥੋੜਾ ਜਿਹਾ ਆਣਾ ਤੇ ਤੁਸੀਂ ਵੇਖ ਸਕਦੇ ਹੋ 8 ਬੂਫਰ ਹੋਰ ਕਿੱਕਰ ਕੰਪੈਕਟ ਸੀਰੀਜ਼ ਹੀ ਲੱਗੇ ਨੇ ਤੇ 12 ਇੰਚੀਜ਼ ਹੈ ਤੇ ਨਾਲ ਸਾਰਾ ਸੈਟਅਪ ਜਿਹੜਾ ਕਿੱਕਰ ਦਾ ਹੈ ਜਿੱਦਾਂ ਕਿ ਤੁਹਾਨੂੰ ਦੱਸਿਆ 2 ਲੱਗੇ ਨੇ ਉੱਤੇ 6 ਇੰਚੀ ਤੇ ਨਾਲ ਲੱਗੇ ਆ ਓਵਲ ਤੇ ਭਾਈ ਆਪਾਂ ਬੈਕ ਸਾਈਡ ਵਾਲੇ ਪਾਸੇ ਉੱਤੇ ਵੇਖ ਰਹੇ ਸਪੀਕਰ ਅਪਡੇਟ ਕਰਾਏ ਨੇ ਉਹ ਵੀ ਕਿੱਕਰ ਦੇ ਕਰਾਏ ਨੇ ਓਵਲ ਨੇ ਹਾਂਜੀ ਓਵਲ 4 ਓਵਲ ਹਾਂਜੀ ਤੇ ਇਹ ਪਹਿਲੇ ਆਪਾਂ ਪਹਿਲੀ ਵੀਡੀਓ ਆਪਾਂ ਕੀਤੀ ਤਾਂ ਟਰੈਕਟਰ ਦੀ ਤੇ ਉਦੋਂ ਆਪਾਂ ਦਿਖਾਏ ਸੀਗੇ 8 ਬੂਫਰ ਤੇ ਹੁਣ ਇਹਦੇ ਨਾਲ ਆਪਾਂ ਐਂਪ ਵੀ ਅਪਡੇਟ ਕੀਤੇ ਹਾਂਜੀ ਭਾਈ 10 ਐਂਪ ਹੋਰ ਲਾਏ 3 ਐਂਪ ਹੋਰ ਲੱਗੇ ਆ ਸਾਰੇ ਮੋਨੋ ਹਾਂਜੀ ਮੋਨੋ ਸਾਰੇ ਗਾਇਸ ਮੋਨੋ ਲੱਗੇ ਆ ਬਾਕੀ ਤੁਸੀਂ ਵੇਖ ਸਕਦੇ ਹੋ ਏ ਟੂ ਜ਼ੈਡ ਵਾਇਰਿੰਗ ਦਾ ਕਿੱਥੇ ਵੀ ਖਲੇਰਾ ਕੋਈ ਨਜ਼ਰ ਨਹੀਂ ਆ ਰਿਹਾ ਸਭ ਕੁਝ ਸਿਸਟਮ ਨਾਲ ਕੰਮ ਕੀਤਾ ਤੇ ਭਾਈ ਕੁਰਲ ਵੀਰ ਜੀ ਗੱਲ ਇੱਕ ਪੁੱਛੀ ਜਾਵੇ ਕਿ ਆਪਣੇ ਕੋਲੋਂ ਕਿੰਨੇ ਕੁ ਪੈਸੇ ਇਹਦੇ ਵਿੱਚ ਲੱਗੇ ਨੇ 3.5 ਲੱਖ ਭਾਈ ਆਰਾਮ ਨਾਲ 3.5 ਲੱਖ ਰੁਪਏ ਆਰਾਮ ਨਾਲ ਲੱਗ ਗਿਆ ਤੇ ਇੱਕ ਚੀਜ਼ ਹੋਰ ਆਪਾਂ ਪੁੱਛਾਂਗੇ ਤੇ ਇਹਦੇ ਵਿੱਚ ਬੈਟਰੀ ਵਾਲੇ ਪਾਸੇ ਨੂੰ ਵੀ ਲੋਡ ਗਿਆ ਹੋਣਾ ਵਾਦੂ ਹਾਂਜੀ ਪ੍ਰੋਬਲਮ ਬਹੁਤ ਲੋਡ ਗਿਆ ਤੇ ਉਹਦੇ ਲਈ ਆਪਾਂ ਕੁਝ ਕੀਤਾ ਕੰਮ ਹੋ ਦੇ ਅਲਟਰਨੇਟਰ ਭਾਈ 125 ਐਂਪੀਅਰ ਦਾ ਲੱਗਾ ਤੇ ਬੈਟਰੀ 105 ਐਂਪੀਅਰ ਦੀ ਆ ਮਤਲਬ ਆਪਾਂ ਵੱਡੀ ਕਰਾਤੀ ਹੋਰ ਤੇ ਉਸ ਤੋਂ ਬਾਅਦ ਮੈਦਰ ਚੀਜ਼ ਮੈਨੂੰ ਲੱਗੀ ਤੇ ਬਾਕੀ ਤੁਹਾਨੂੰ ਇਹਦਾ ਆਊਟਪੁੱਟ ਸੁਣਾਉਂਦੇ ਆ ਉਸ ਤੋਂ ਪਹਿਲੇ ਲੇਕਿਨ ਹੁਣ ਚੱਲਦੇ ਆਪਾਂ ਟਰੈਕਟਰ ਦੇ ਹੋਰ ਪਾਰਟਸ ਵੱਲ ਨੂੰ ਹੋਰ ਪਾਰਟਸ ਤੁਹਾਨੂੰ ਦਿਖਾਈਏ ਤੇ ਆਪਾਂ ਬੈਕ ਸਾਈਡ ਵਾਲੇ ਪਾਸੇ ਦੀ ਗੱਲ ਅਗਰ ਚਾਲੂ ਕੀਤੀ ਤੇ ਬੈਕ ਸਾਈਡ ਵਾਲੇ ਪਾਸੇ ਅੱਗੇ ਚੱਲਦੇ ਆ ਤੇ ਵੇਖ ਸਕਦੇ ਹੋ ਇਹਦਾ ਰਿਮ ਬੈਕ ਸਾਈਡ ਉਹਨੂੰ ਭਾਈ ਨੇ ਕਟਵਾ ਕੇ ਅਲੋਏ ਦੀ ਸ਼ੇਪ ਦਿੱਤੀ ਹੈ ਕ੍ਰੋਮ ਚ ਕ੍ਰੋਮ ਚ ਵੀ ਆਪਾਂ ਭਾਈ ਦੇਖਦੇ ਪਏ ਆ ਇਹ ਰੈਪ ਹੈ ਹਨਾ ਹਾਂਜੀ ਰੈਪ ਸਾਰਾ ਰੈਪ ਕੀਤਾ ਹਾਂਜੀ ਤੇ ਬਹੁਤ ਅੱਛੀ ਚੀਜ਼ ਲੱਗੀ ਐ ਇਹ ਚੀਜ਼ ਤੇ ਭਾਈ ਇੱਕ ਚੀਜ਼ ਪੁੱਛਾਂਗੇ ਜਿੱਦਾਂ ਕਿ ਇਹ ਟਾਇਰ ਥੋੜੇ ਬਾਹਰ ਨੂੰ ਨਿਕਲੇ ਆ ਕਿਦਾਂ ਇਹ ਵਾ ਸਪੇਸਰ ਪਾਇਆ ਵਿੱਚ ਪਿੱਛੇ ਸਪੇਸਰ ਪਾਏ ਨੇ ਆਪਾਂ ਤੇ ਇੱਕ ਵਾਰ ਮੈਂ ਭਾਈ ਨੂੰ ਗਗਨ ਭਾਈ ਨੂੰ ਬੋਲਾਂਗਾ ਇੱਕ ਵਾਰ ਬੈਕ ਸਾਈਡ ਤੋਂ ਜਾ ਕੇ ਤੁਹਾਨੂੰ ਜਾਂ ਇਸੇ ਪਾਸੇ ਤੁਹਾਨੂੰ ਦਿਖਾਈਏ ਤੇ ਇਹ ਵੇਖ ਸਕਦੇ ਹੋ ਸਪੇਸਰ ਪਏ ਹੋਏ ਇਹਨੂੰ ਤੇ ਆਪਾਂ ਗੱਲ ਕਰੀਏ ਭਾਈ ਸਪੇਸਰ ਤੇ ਕਿੰਨੇ ਕੁ ਕੋਸਟ ਆਈ ਸੀ 10,000 ਵੀ 10,000 ਰੁਪਿਆ ਤੇ ਜਿਹੜਾ ਟੇਪ ਨਾਲ ਆਪਾਂ ਕ੍ਰੋਮ ਬਣਾਇਆ ਦੇ ਉੱਤੇ ਇਹ ਭਾਈ ਯਾਦ ਨਹੀਂ ਇਹ ਯਾਦ ਨਹੀਂ ਮਤਲਬ ਇਹ ਚੀਜ਼ ਨਾ ਇੱਕ ਸਮਾਰਟ ਵਰਕ ਲੱਗਾ ਮੈਨੂੰ ਬਹੁਤ ਅੱਛੀ ਚੀਜ਼ ਲੱਗੀ 1000 ਰੁਪਿਆ ਲੱਗ ਗਿਆ ਹੋਊਗਾ 1000 ਰੁਪਿਆ ਇਹਨੂੰ ਲੱਗ ਗਿਆ ਹੋਏਗਾ ਤੇ ਇਸ ਤੋਂ ਬਾਅਦ ਅੱਗੇ ਨੂੰ ਵੱਧਦੇ ਆ ਤੇ ਬਲੈਕ ਕਲਰ ਦਾ ਅਰਜੁਨ ਜੋ ਕਿ ਯਾਰ ਬਹੁਤ ਜ਼ਿਆਦਾ ਫੇਮਸ ਹੋਇਆ ਪਿਆ ਤੁਸੀਂ ਵੇਖ ਸਕਦੇ ਹੋ ਤੇ ਭਾਈ ਐਸਾ ਰੈਪ ਹੈ ਪੇਂਟ ਹੈ ਪੇਂਟ ਹੈ ਭਾਈ ਪੇਂਟ ਆ ਕਿੰਨੀ ਕੁ ਕਾਸਟ ਆਈ ਹੋਏਗੀ ਪੂਰੇ ਟਰੈਕਟਰ ਨੂੰ ਕਰਾਉਣ ਦੀ 25000 ਰੁਪਏ ਲੱਗਾ ਹੋਇਆ ਸਾਰਾ 25000 ਰੁਪਏ ਚ ਇਹ ਕੰਮ ਹੋ ਗਿਆ ਸੀ ਹਾਂਜੀ ਤੇ ਗਾਇਸ ਜੋ ਕਿ ਮੇਨ ਚੀਜ਼ ਮੈਨੂੰ ਬਹੁਤ ਅੱਛੀ ਲੱਗੀ ਬਲੈਕ ਅਰਜੁਨ ਕਿਸੇ ਦਾ ਵੀ ਨਹੀਂ ਆਂਦਾ ਕੰਪਨੀ ਵੱਲੋਂ ਵੀ ਨਹੀਂ ਆਂਦਾ ਹੈਨਾ ਤੇ ਬਹੁਤ ਅੱਛੀ ਲੱਗੀ ਉਸ ਤੋਂ ਬਾਅਦ ਸਲੈਂਸਰ ਤੁਸੀਂ ਵੇਖ ਸਕਦੇ ਹੋ ਤੇ ਭਾਈ ਆਪਾਂ ਦੱਸੀਏ ਕਿੱਥੋਂ ਦੀ ਔਰ ਇਹ ਦਿਮਾਗ ਕਿਦਾਂ ਲਾਇਆ ਇੱਕ ਵਾਰੀ ਟੇਡਾ ਲਾਉਣ ਦਾ ਏ ਭਾਈ ਵੱਡੇ ਭਰਾ ਨੇ ਵੱਡੇ ਭਰਾ ਨੇ ਤੇ ਕਿੰਨੇ ਦਾ ਪਿਆ ਆਪਣੇ ਨੂੰ 2500-3000 ਰੁਪਏ ਦਾ ਅਰਾਊਂਡ ਐ ਪਿਆ ਤੇ ਇੱਕ ਚੀਜ਼ ਸਾਡੇ ਕੋਲ ਵਿੱਚ ਛੁੱਟ ਗਈ ਹੈ ਜਿਹੜੀ ਚੀਜ਼ ਮੇਨ ਤੁਹਾਨੂੰ ਦਿਖਾਈਏ ਲੋਕੀ ਅੱਜ ਕੱਲ੍ਹ ਹੁੱਡ ਦੀ ਗੱਲ ਕਰਦੇ ਹੁੱਡ ਬਹੁਤ ਜ਼ਿਆਦਾ ਲੋਕਾਂ ਨੂੰ ਫੈਂਸੀ ਹੁੱਡ ਪਸੰਦ ਆਉਂਦੇ ਨੇ ਤੇ ਦੇਖ ਸਕਦੇ ਹੋ ਭਾਈ ਨੇ ਫੈਂਸੀ ਹੁੱਡ ਦੇ ਵਿੱਚ ਹੀ 2 ਓਵਲ ਆਪਣੇ ਆਂਟੇ ਨੂੰ ਹੈਲਮਟ ਸਪੀਕਰ ਕਹਿੰਦੇ ਆ ਹਨਾ ਪਾਇਨੀਅਰ ਦੇ
ਦੇਖ ਸਕਦੇ ਹੋ ਗਾਇਸ ਦੇਖੋ ਤੁਸੀਂ ਤੇ ਉਹਦੇ ਨਾਲ ਨਾਲ ਭਾਈ ਨੇ ਹੁੱਡ ਦੇ ਵਿੱਚ ਸਿਲਫ ਫਾਲਿੰਗ ਕਹੀ ਹੈ ਡਾਊਨ ਸੋਲਿੰਗ ਡਾਊਨ ਸੋਲਿੰਗ ਹੈਨਾ ਡਾਊਨ ਸੋਲਿੰਗ ਦੇ ਨਾਲ ਭਾਈ ਨੇ ਵਿੱਚ ਬਹੁਤ ਹੀ ਸੋਹਣਾ ਕੰਮ ਕਰਵਾਇਆ ਤੇ ਵੇਖ ਸਕਦੇ ਹੋ ਜਿਹੜੀ ਮੇਨ ਚੀਜ਼ ਆਪਾਂ ਐਂਡਰਾਇਡ ਦੀ ਗੱਲ ਕਰਦੇ ਪਹਿਲਾਂ ਗੱਡੀਆਂ ਦੇ ਵਿੱਚ ਲੱਗਦਾ ਭਾਈ ਨੇ ਟਰੈਕਟਰ 'ਚ ਪੂਰਾ ਕੀਤਾ ਅਤੇ ਇਹਦੇ ਵਿੱਚ ਵੀਡੀਓ ਪੋਰਸ਼ਨ ਵੀ ਚੱਲਦਾ ਅਤੇ ਇੱਕ ਚੀਜ਼ ਭਾਈ ਆਪਾਂ ਪੁੱਛਾਂਗੇ ਜਿੱਦਾਂ ਕਿ ਇਹ ਸਿਸਟਮ ਬਹੁਤ ਹੈਵੀ ਲੱਗਾ ਅਤੇ ਸਾਨੂੰ ਬੈਕ ਸਾਈਡ ਵੇਖਣ ਨੂੰ ਦਿੱਕਤ ਆਉਂਦੀ ਹੈ ਮਿਊਜ਼ਿਕ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਲੱਗਿਆ ਐਨ ਸੀ ਐਸ ਦਾ ਮੇਨ ਰਿਕਾਰਡਿੰਗ 'ਤੇ ਅਗਰ ਮੈਂ ਗੱਲ ਕਰਾਂ ਤਾਂ ਯਾਰ ਵੀ ਬੂਫਰ ਦੀ ਆਵਾਜ਼ ਜਿਹੜੀ ਰਹੀ ਹੈ ਨਾ ਭਾਈ ਧਾਕੜ ਫੁੱਲ ਮਤਲਬ ਕਹਿਣ ਦਾ ਮਤਲਬ ਪਤਾ ਲੱਗਦਾ ਸੀ ਕੁਛ ਆਵਾਜ਼ ਦਾ ਅਤੇ ਮਜ਼ੇਦਾਰ ਸੀ ਹੁਣ ਪਤਾ ਚੱਲਿਆ ਕਿਉਂ ਲੋਕਾਂ ਨੇ ਇੰਨਾ ਜ਼ਿਆਦਾ ਵੀਡੀਓ ਪਾ ਪਾ ਟਰੈਕਟਰ ਨੂੰ ਬਹੁਤ ਜ਼ਿਆਦਾ ਅੱਛਾ ਮੈਂ ਬੋਲਾਂ ਸੋਸ਼ਲ ਮੀਡੀਆ 'ਤੇ ਫੇਮਸ ਕੀਤਾ ਮਜ਼ਾ ਆਇਆ ਚੀਜ਼ ਵੇਖ ਕੇ ਅਤੇ ਉਸ ਤੋਂ ਬਾਅਦ ਇੱਕ ਚੀਜ਼ ਤੁਹਾਨੂੰ ਯਾਰ ਗਾਇਜ਼ ਦੱਸਣੀ ਰਹਿ ਗਈ ਭਾਈ ਨੇ ਜਦੋਂ ਫਰੰਟ ਸਾਈਡ 'ਤੇ ਟਰੈਕਟਰ ਦੀ LED ਮਤਲਬ ਲਾਈਟਾਂ ਨੂੰ ਮੋਡ ਕੀਤਾ ਬਹੁਤ ਹੀ ਪਿਆਰ ਮੋਡ ਕੀਤਾ ਤੁਸੀਂ ਵੇਖ ਸਕਦੇ ਹੋ ਸਟ੍ਰਿਪ ਲਾਈਟਾਂ ਦਾ ਲਗਾ ਕੇ ਭਾਈ ਨੇ ਪ੍ਰੋਜੈਕਟਰ ਲਗਾ ਕੇ ਬਹੁਤ ਹੀ ਜ਼ਿਆਦਾ ਸੋਹਣੀ ਲਾਈਟਾਂ ਬਣਾਈਆਂ ਬਸ ਭਾਈ ਨੇ ਬਹੁਤ ਹੀ ਅਗਰ ਗੱਲ ਕਰੀਏ ਛੋਟੇ ਛੋਟੇ ਮੋਡ ਕੀਤੇ ਨੇ ਜਿਹੜੇ ਬਿਲਕੁਲ ਰੀਜ਼ਨੇਬਲ ਪ੍ਰਾਈਸਿੰਗ 'ਚ ਹੈ ਕੋਈ ਵੀ ਕਰ ਸਕਦਾ ਆਪਣੇ ਟਰੈਕਟਰ ਲਈ ਅੱਛੀ ਚੀਜ਼ ਲੱਗੀ ਅਤੇ ਉਸ ਤੋਂ ਬਾਅਦ ਭਾਈ ਇੱਕ ਚੀਜ਼ ਆਪਾਂ ਸੁਣੀਏ ਤੁਹਾਡੇ ਟਰੈਕਟਰ ਲਈ ਖਿੱਚਦਾ ਵੀ ਬਹੁਤ ਆ ਮਤਲਬ ਭੱਜਦਾ ਬਹੁਤ ਆ
टोटल वर्किंग है सामने कोई ऐसी चीज नहीं कि फ्रॉड आए है ना भाई जो चीज बोली है सामने दलजीत कुनर के नाम तो भाई की इंस्टाग्राम आई डी उ जाके भाई गल बात करके पूछ भी सकते हो कितों की काम कराया तुम भाई दसन गए जरूर ठीक है भाई तो यह वीडियो तुम की चीज अच्छी लगी प्लीज कमेंट करके दस्यो बाकी पंजाबी गाना सुनो जी तुम साढ़े जा सकते हो इंस्टाग्राम आई डी तो मॉडिफाइड अंडरस्कोर क्लब 2020 बाकी एक चीज़ दोबारा रिपीट करा सच्ची भी जान ऑल ऑफ वर्ल्ड के पहला ही ट्रैक्टर है जिसके उत्ते भी बूफर फिट हुए हैं तुम्हें वीडियो किदा ही लगी प्लीज़ कमेंट करके दसना मिलते हैं आप होर मजेदार वीडियोज़ लैके थैंक यू फॉर वॉचिंग।